ਚੈੱਕ ਕਰੋ ਥੱਲੋ ਮਾਸ਼ਾਅੱਲਾ ਮੱਝ ਬੜੀ ਖੁੱਲੀ ਜੀ। ਮਾਮਾ ਇੱਧਰ ਨੂੰ ਖੋਲ, ਇੱਧਰ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮੁ ਅਲੈਕਮ। ਉਮੀਦ ਕਰਤਾ ਹਾਂ ਸਭ ਦੇਖਣੇ ਵਾਲੇ ਦੋਸਤ ਖੈਰੀਅਤ ਸੇ ਹੋਣਗੇ। ਮੈਂ ਹੂੰ ਅਬੂਕਾ ਸ਼ਾਹ ਔਰ ਅੱਜ ਮਾਮੂ ਕੀ ਹਵੇਲੀ ਮੈਂ ਮੌਜੂਦ ਹੂੰ। ਜੋ ਦੋ ਬੈਂਸੇ ਸੀ ਜੋ ਕੱਲ੍ਹ ਆਪਕੋ ਦਿਖਾਈ ਥੀ, ਉਨਕੀ ਵੀਡੀਓ ਦੁਬਾਰਾ ਬਣਾਉਣ ਲੱਗਾ ਹੂੰ, ਕਿਉਂਕਿ ਕੱਲ੍ਹ ਇੱਕ ਦੋ ਬੈਂਸੇ ਜੋ ਉਨਕੀ ਦੂਧ ਕੀ ਦਵਾਈ ਦੂਧ ਧੋ ਲਿਆ ਥਾ, ਇਸ ਵਜ੍ਹਾ ਸੇ ਸਹੀ ਨਹੀਂ ਬਣੀ ਥੀ ਔਰ ਕੁਛ ਵੈਸੇ ਵੀ ਲੈ ਕਰ ਆਏ ਥੇ ਨਾ, ਤੋ ਸਫ਼ਰ ਕੀ ਵਜ੍ਹਾ ਥਕਾਵਟ ਕੀ ਵਜ੍ਹਾ ਸੇ ਬੈਂਸ ਠੀਕ ਨਹੀਂ ਥੀ। ਤੋ ਅਬ ਮਾਸ਼ਾਅੱਲਾ ਆਪਕੋ ਦਿਖਾਤੇ ਹੈ ਦੋਵੇਂ ਝੋਟੀਆਂ, ਤੁਹਾਨੂੰ ਦਿਖਾਉਣੀਆਂ ਇਹ ਦੋਵੇਂ ਦੂਜੀਆਂ ਝੋਟੀਆਂ ਨੇ। ਮਾਸ਼ਾਅੱਲਾ ਚੰਗੀਆਂ ਸੁਥਰੀਆਂ ਸੋਹਣੀਆਂ ਝੋਟੀਆਂ ਨੇ। ਆਹ ਕਿਵੇਂ ਸੂਬੇ? ਤੀਜੇ ਸੂਬੇ? ਆਹ ਤੀਸਰੇ ਸੂਬੇ ਜੀ। ਮਾਜ ਜੀ ਇੱਕ ਮਾਜ ਤੀਸਰੇ ਸੂਬੇ ਅਤੇ ਇੱਕ ਦੂਸਰੇ ਸੂਬੇ। ਕੱਲ੍ਹ ਸ਼ਾਇਦ ਥੋੜ੍ਹਾ ਕਨਫਰਮ ਨਹੀਂ ਮੈਨੂੰ ਆਇਆ ਸੀ ਅਤੇ ਉਸ ਲਈ ਮੈਂ ਤਸੱਲੀ ਨਾਲੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਾ, ਨਾਲੇ ਕੀਮਤ ਵਗੈਰਾ ਜੋ ਤਸੱਲੀ ਨਾਲ ਹੈ ਉਹ ਦੱਸਦੇ ਹਾਂ ਅਤੇ ਚੰਗੀਆਂ ਮਾਸ਼ਾਅੱਲਾ ਸੁਥਰੀਆਂ ਮੱਝਾਂ ਦੋਵੇਂ। ਮਾਮਾ ਭਰਾ ਆਇਆ ਜੇ? ਹਾਂਜੀ, ਤੁਹਾਨੂੰ ਨਾਲ ਲੋਕੇਸ਼ਨ ਯਾਦ ਭੁੱਲ ਗਿਆ, ਲੋਕੇਸ਼ਨ ਦੱਸਦੇ ਹਾਂ। 64 ਆਰ ਏ ਤਹਿਸੀਲ ਜ਼ਿਲ੍ਹਾ ਸਹੀਵਾਲ ਏ, ਗੈਂਬਰ ਨੂਸ਼ਾ ਰੋਡ ਏ, ਅੱਡਾ ਚੋਟ ਫੁਰਾ ਅੱਡਾ ਪੁੱਲ ਏ ਅਤੇ 3004 ਏ। ਸਲਾਮ ਵਾਲੇਕਮ ਜੀ। ਮਾਮਾ ਨੰਬਰ ਜਾ ਆਪਣਾ 301 50x 364। ਅੱਛਾ, ਜਿਹੜੀਆਂ ਮੱਝਾਂ ਨੇ ਆਪਣੇ ਕੋਲ ਇਹ ਕਿਵੇਂ ਸੂਬੇ ਨੇ? ਆਹ ਤੀਸਰੇ ਔਰ ਦੂਜਾ ਮੱਝ। ਅੱਛਾ ਜੀ, ਆਹ ਤੀਸਰੇ ਸੂਬੇ ਮੱਝ ਤੇ ਆਹ ਦੂਜਾ ਸੂਬੇ। ਆਹ ਜਿਹੜੇ ਤੀਸਰੇ ਸੂਬੇ ਇਹ ਕਿੰਨੇ ਦਿਨਾਂ ਸੂਈ ਜੀ? ਤੀਸਰਾ ਚੌਥਾ ਦਿਨ ਮੱਝ ਬੋਲੇ ਸੀ ਹਲੇ ਮੱਝ। ਅੱਛਾ, ਤੇ ਕਿੰਨਾ ਬੋਲਾ ਇਸ ਟਾਈਮ ਥੱਲੇ? ਪੱਕਾ ਬੋਲਾ ਜਿਹੜਾ ਅਗਲੇ ਸਾਨੂੰ ਦੋਵੇਂ ਬੱਚੇ ਨੂੰ ਜੀ? ਪਿਛਲੀ ਜੋੜੀ ਦਾ ਦੁੱਧ ਸੁਣ ਰਿਹਾ ਤੁਸੀਂ, ਪਿਛਲੀ ਜੋੜੀ ਦਾ ਜਿਹੜਾ ਦੁੱਧ ਦੇਣਾ ਇਸ ਟਾਈਮ ਇੱਕ ਡੰਗ ਦਾ 5 ਕਿਲੋ ਹੈਗਾ, 5.5 ਕਿਲੋ, ਮਤਲਬ ਕਿ ਦੋ ਟਾਈਮਾਂ ਦਾ 10 ਕਿਲੋ ਬੋਲਿਆ ਹੈਗਾ ਪਿਛਲੇ ਥਾਨਾਂ ਦਾ। ਅਗਲੀ ਜੋੜੀ ਬੱਚਾ ਇਹਦਾ ਕੱਟੀਏ? ਕੱਟ ਮਾਮਾ ਕੱਟਿਆ ਜੀ, ਇੱਕ ਮਿੰਟ ਦਿਖਾਉਣੀ। ਹਾਂਜੀ ਕੱਟੀਏ, ਹਾਂ ਕੱਟੀਏ ਜੀ। ਅਤੇ ਇਸ ਟਾਈਮ ਮਤਲਬ ਟੋਟਲ ਦੁੱਧ ਜਿਹੜਾ ਇਹਦੇ ਕੋਲ 14 ਗੜਵੀਆਂ ਮਾਸ਼ਾਅੱਲਾ ਦੁੱਧ ਹੈ ਇਸ ਟਾਈਮ, ਅਤੇ ਬੜੀ ਸੋਹਣੀ ਮੱਝ, ਕੱਦ ਕੁੱਦ ਚੰਗਾ, ਥਣ ਸੋਹਣਾ, ਮੁੱਠ ਭਰ ਥਾਣ ਹੈ, ਬੜਾ ਸੋਹਣਾ ਥਾਣ ਹੈ। ਮੈਂ ਮੋਟਾ ਮਾਮਾ ਤੋੜਿਆ ਮਾੜੀ ਮੱਝ ਨੂੰ, ਛੱਡ ਕੇ ਥੋੜ੍ਹਾ ਇਹ ਨਹੀਂ ਤੋੜਿਆ ਜੀ, ਅਤੇ ਉਹਨੂੰ ਛੱਡ ਕੇ ਵੀ ਖਾਣੇ ਆ। ਸਿਰ ਵੇਖ ਲਓ ਮਾਸ਼ਾਅੱਲਾ ਸਿੰਘ ਥੋੜ੍ਹੇ ਜਿਹੇ ਖੁੱਲ੍ਹੇ ਨੇ, ਸੋਹਣੇ ਲੱਗਦੇ ਨੇ, ਫੱਬਦੇ ਨੇ ਮੱਝ 'ਤੇ। ਕਾਲਾ ਸ਼ਾ ਮੱਥਾ, ਕਾਲੀ ਅੱਖੇ, ਨਾ ਤੁੰਨੀ ਨਾ ਕੋਲੀ, ਪੈਰਾਂ ਤੀਕਰ ਪੁੱਛਿਆ ਲੈ ਮਾਸ਼ਾਅੱਲਾ, ਚੈੱਕ ਕਰੋ ਥੱਲੋ ਮਾਸ਼ਾਅੱਲਾ ਮੱਝ ਬੜੀ ਖੁੱਲ੍ਹੀ ਜੀ। ਮਾਮਾ ਇੱਧਰ ਨੂੰ ਖੋਲ, ਇਹ ਚੱਲ ਚੈੱਕ ਕਰੋ, ਬੜੀ ਖੁੱਲ੍ਹੀ ਮੱਝ ਮਾਸ਼ਾਅੱਲਾ। ਇਸ ਟਾਈਮ 14 ਕਿਲੋ ਦੁੱਧ ਹੈ, ਪਰ ਜਿਹਨਾਂ ਕੋਲ ਲਈਏ ਮਾਲਕਾਂ ਨੇ ਦੱਸਿਆ ਸਾਡੀ ਮੱਝ 18-20 ਕਿਲੋ ਦੁੱਧ ਇਨਸ਼ਾਅੱਲਾ ਦੇਗੀ। ਚੱਲ ਲੈ ਚਲੋ, ਲੈ ਚਲੋ, ਲੈ ਚਲੋ। ਚੈੱਕ ਕਰੋ ਥਣ ਤੁਹਾਨੂੰ ਵਿਖਾ ਦਿਆਂ ਤਸੱਲੀ ਨਾਲ, ਮਾਸ਼ਾਅੱਲਾ ਕਿੱਡੇ ਸੋਹਣੇ ਬਿਰਲ ਬਿਰਲ ਅਤੇ ਥਾਣੇ ਗੇਟ ਗੇਟ ਦੀ ਫਿਰਲੇ ਪਿਛਲੇ ਥਾਣਾਂ 'ਚ ਅਗਲਿਆਂ 'ਚ ਆਹ ਥਣ ਚੈੱਕ ਕਰ ਲਓ ਤਸੱਲੀ ਨਾਲ, ਬੜੇ ਸੋਹਣੇ ਥਾਣੇ। ਅਤੇ ਮਾਸ਼ਾਅੱਲਾ ਇਸ ਟਾਈਮ ਦੁੱਧ ਜਿਹੜਾ ਥੱਲੇ ਟੋਟਲ ਦੁੱਧ ਦੇਣਾ 13-14 ਗੜੀਆਂ ਟੋਟਲ ਦੁੱਧ ਦੇ ਮਾਸ਼ਾਅੱਲਾ।
ਅੱਛਾ ਤੇ ਮਾਮਾ ਜਿਹੜੀ ਕੀਮਤ ਦਿੰਦੀ ਉਹ ਦੱਸਿਆ ਜੀ ਜਿੱਥੇ ਆਪਾਂ ਮਾਝ ਦੇ ਜਿੱਥੇ ਆਪਾਂ ਮਾਝ ਦੇਣੀ ਨਾ ਉਹ ਕੀਮਤ ਕਰਨੀ ਹੈ ਸਾਢੇ ਚਾਰ ਲੱਖ ਜਿੱਥੇ ਆਪਾਂ ਦੇਣੀ ਹੈ ਅੱਛਾ ਜੀ ਸਾਢੇ ਚਾਰ ਲੱਖ ਰੁਪਇਆ ਤੀਜਨ ਜਿਹੜੀ ਮਚੋਟੀ ਹੈ ਇਹਦਾ ਮਾਸ਼ਾਅੱਲਾ ਕਰ ਚੈੱਕ ਕਰੋ ਨਾ ਮਾ ਮੇਰੇ ਮਾਮੇ ਜੀ ਦਾ ਮਾਸ਼ਾਅੱਲਾ ਕਰ ਦੇ ਸੋਹਣੀ ਲੰਮੀ ਚੰਗੀ ਹੈ ਸੋਹਣੀ ਸੁਥਰੀ ਚੋਟੀ ਹੈ ਅਤੇ ਸਾਢੇ ਚਾਰ ਲੱਖ ਰੁਪਇਆ ਮੁੱਲ ਹੈ ਇਨਸ਼ਾਅੱਲਾ ਹੋਰ ਵੀ ਪਾਰ ਪਿਆਰ ਮੁਹੱਬਤ ਹੋ ਜਾਏਗੀ ਅਗਰ ਕੋਈ ਬੈ ਲੈਣਾ ਚਾਹੁੰਦਾ ਰਾਬਤਾ ਕਰ ਸਕਦਾ ਸਾਢੇ ਚਾਰ ਲੱਖ ਰੁਪਇਆ ਮੁੱਲ ਹੈ ਹੋਰ ਪਿਆਰ ਮੁਹੱਬਤ ਫੁੱਲ ਪਿਆਰ ਮੁਹੱਬਤ ਹੋ ਜਾਏਗੀ ਉਸ ਤੋਂ ਬਾਅਦ ਆਹ ਹੈਗੀ ਹੈ ਦੂਜਨ ਚੋਟੀ ਕੱਦ ਛੋਟਾ ਪਰ ਕੰਮ ਮਾਸ਼ਾਅੱਲਾ ਦੇ ਵੱਡੇ ਨੇ ਸਾਰੇ ਚੰਗਾ ਖੂਨ ਹੈ ਸੋਹਣੀ ਨਿੱਕੀ ਨਿੱਕੀ ਸਿੰਗੀ ਹੈ ਲੰਮੀ ਮਾਝ ਚੰਗੀ ਹੈ ਥੱਲੋਂ ਮਾਝ ਚ ਮਾਝ ਨੇ ਮਾਸ਼ਾਅੱਲਾ ਦੇਖੋ ਮੈਦਾਨ ਲਾਏ ਮਾੜੀ ਟੋਰਿਆ ਜੀ ਅੱਜ ਤੱਕ ਦਿਨ ਕਿੰਨੇ ਕੁ ਮਾਮਾ ਕਰ ਦਈਏ ਪੰਜ ਸੱਤ ਦਿਨ ਕਰ ਜੀ ਚੈੱਕ ਕਰੋ ਜੀ ਪ੍ਰੀ ਕੁਸ਼ਲ ਮਾਸ਼ਾਅੱਲਾ ਪੈਰ ਤੇ ਘਰ ਅਤੇ ਗਿੱਠ ਗਿੱਠ ਤੇ ਵਿਰਲੇ ਸੋਹਣਾ ਥਾਂ ਹੈ ਨਾ ਕੋਈ ਤੁੰਨੀ ਨਾ ਕੋਈ ਕੋਲੀ ਕਿਸੇ ਕਿਸਮ ਦਾ ਮਾਸ਼ਾਅੱਲਾ ਐਬ ਨਹੀਂ ਹੈਗਾ ਚਿੱਟੀ ਅੱਖ ਮਾਈ ਦੀ ਚੈੱਕ ਕਰੋ ਜੀ ਇੱਕ ਅੱਖ ਦੂਜੀ ਇੱਕ ਅੱਖ ਕਾਲੀ ਇੱਕ ਚਿੱਟੀ ਹੈ ਅਤੇ ਬਰੀਕ ਬਰੀਕ ਸਿੰਗੀ ਸੋਹਣੀ ਮੱਝ ਹੈ ਮਾਸ਼ਾਅੱਲਾ ਚੰਗਾ ਖੂਨ ਹੈ ਮੱਝ ਦਾ ਵਜ਼ਨ ਵੁਜ਼ਨ ਚੰਗਾ ਹੈ ਕੁੱਠਾ ਚੰਗਾ ਹੈ ਮਾਸ਼ਾਅੱਲਾ ਚੈੱਕ ਕਰੋ ਥੱਲੋਂ ਮੱਝ ਬੜੀ ਖੁੱਲੀ ਹੈ ਜੀ ਆਹ ਜੋੜਾ ਮੱਝਾਂ ਦਾ ਅਤੇ ਮਾਸ਼ਾਅੱਲਾ ਆਹ ਮਾਮਾ ਇਹਨਾਂ ਕਹਿੰਦੀ ਕੀਮਤ ਕੀ ਹੈ ਪੂਰੀ ਕੀਮਤ ਹੈ ਚਾਰ ਲੱਖ ਰੁਪਈਆ ਸਤਾ ਜੀ ਤੁਹਾਨੂੰ ਕੱਲ੍ਹ ਵੀ ਇਹਦਾ ਚਾਰ ਲੱਖ ਹੀ ਦੱਸਿਆ ਸੀ ਚਾਰ ਲੱਖ ਰੁਪਈਆ ਇਹਦੀ ਕੀਮਤ ਹੈ ਸਾਢੇ ਚਾਰ ਲੱਖ ਦੀ ਕੀਮਤ ਹੈ ਮਤਲਬ ਕਿ ਸਾਢੇ ਚਾਰ ਲੱਖ ਰੁਪਇਆ ਦੋਵਾਂ ਦਾ ਮੁੱਲ ਹੈ ਲੈਸ ਹੋ ਜਾਏਗੀ ਇਨਸ਼ਾਅੱਲਾ ਫੁੱਲ ਪਿਆਰ ਮੁਹੱਬਤ ਹੋ ਜਾਏਗਾ ਅਗਰ ਕੋਈ ਬਾਈ ਲੈਣਾ ਚਾਹੁੰਦਾ ਰਾਬਤਾ ਕਰ ਸਕਦਾ ਸਕਰੀਨ 'ਤੇ ਨੰਬਰ ਮੈਨਸ਼ਨ ਹੈ ਇਨਸ਼ਾਅੱਲਾ ਮਿਲਦੀ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖਿਆ ਗਿਆ ਅੱਲਾਹ ਹਾਫਿਜ਼।